खोता ले लो भाई, खोता बोलने वाला, खोता गल्ला करने वाला, खोता बड़ी अच्छी नस्ल का खोता। आज भी आज गल्ला करने वाला खोता, अच्छी नस्ल का खोता, कीमत सिर्फ 50,000 रुपया। ये खोता केड़ा बोलने वाला खोता है यार, देखना चाहिए, बोलने वाला गल्ला भी करता, कहना देख दे चंगा लगा तो लाई। आजो आजो खोता ले जो। अस्सलाम वालेकुम। वालेकुम सलाम जी। ये भैया ने ये जिन्निया खसलता है दस रहे हो वाकई नहीं है? हाँ जी बिलकुल जी, गल्ला करता वा। ये आज तक तो असि खोता वेखे नहीं यार, बोलता है जी। इहनू तुसी पुछ सकदे हो कुछ भी? अच्छा जवाब देख 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 लो। लग नहीं रहा यार, लग भाई आम वेखन वाला लगन रहा। इदा दे बाजारां च कई तुरे फिरदे ही आ भाई, खोते फिरदे होणे, पर इस तरह दा खोता नहीं तैनूं मिलूगा। अच्छा ए मैं गारंटी नाल कहना वा, ए स्पेशल ब्रांड है कोई? ए स्पेशल ब्रांड आ, गल्लां करदा वा ए उस्ताद, बड़ी दूरों मलाया मंगाया वा। इहदे ते फिर बड़े फायदे आ सुणे, बहुत फायदे आ। मेरा ख्याल है कि फायदा कि बंदा कल्ला होवे तो चलो इहदे नाल बंदा गपशप ला सकदा। हां जी हां जी, ए तुहाडे। अच्छा इंज नहीं, मैं भाई लैणा, तुसीं इंज करो वी, जां तां फिर कोई इहदीआं दो गल्लां सुणाओ। ਭਾਜੀ ਇਹ ਬੋਲੇਗਾ ਜੋ ਤੁਸੀਂ ਪੁੱਛਣਾ ਚਾਹੋ, ਇਹਨੂੰ ਸਵਾਲ ਕਰੋ, ਤੁਹਾਨੂੰ ਜਵਾਬ ਦੇਗਾ। ਅੱਛਾ ਹਾਂਜੀ ਚਲੋ ਬਈ, ਇਹਦਾ ਨਾਮ ਨੂੰ ਵੀ ਰੱਖਿਆ ਕੋਈ ਨਾਮ? ਇਹਦਾ ਤੁਸੀਂ ਇਹਨੂੰ ਬੁਲਾਓ, ਫਿਰ ਤੁਸੀਂ ਪੁੱਛਣਾ ਕੀ ਚਾਹ ਰਹੇ ਹੋ? ਕੋਈ ਗੱਪਸ਼ਪ ਇਹਦੇ ਨਾਲ ਲਾਵਾਂਗੇ, ਇਹਨੂੰ ਪੁੱਛਾਂਗੇ ਵੀ ਤੂੰ ਕਦੋਂ ਬਹਿਨਾ ਕਦੋਂ ਉੱਠਦਾ, ਗੱਲਾਂ ਬਾਤਾਂ ਕਰਾਂਗੇ ਸਾਰਾ ਕੋਈ ਦੱਸੂਗਾ। ਬੋਲੋ ਇਹਨੂੰ ਦੱਸੋ। ਠੀਕ ਹੋ ਗਿਆ। ਹਾਂ ਵੀ ਖੋਤੇ ਇਹ ਕੀ ਗੱਲ ਆ? ਫੱਕ ਯੂ ਆਲ ਦਾ ਯਾਰ। ਹਾਂਜੀ ਹਾਂਜੀ, ਉਹ ਤੂੰ ਸੱਚੀ ਗੱਲਾਂ ਕਰਦਾ? ਆਹੋ बहुत फायदे होने तेनू। ये गाला गुला दा नहीं कटदा? कुछ नहीं करदा। ओ नहीं यार, मैं कानूनी कानूनी दायरे दे विच रहना। ता बड़ा शरादा खोता यार। अच्छा छड यार गल्लां, ते किन्ने पैसे दे? अगर लेना ठीक है, नहीं तो मेरा भरा और आ जाएगा यार। खोता चंगा वा की, चल इंज कर तू 35 ला ला यार। नहीं तू भाई लेना ही नहीं गा यार, ना कर कोई होर कर वेख, ਏਡਾ ਅੱਛੀ ਨਸਲ ਦਾ ਖੋਤਾ ਹੈਗਾ ਵਾ। ਉਹ ਯਾਰ ਪੈਸੇ ਵੀ ਤਾਂ ਰੇਟ ਇਸ ਤਰ੍ਹਾਂ ਕਰੀ ਜਾਂਦੇ ਜਿਵੇਂ ਪਠਾਨ ਕੋਲ ਲੈਣ ਆਇਆ ਹੁੰਦਾ। ਉਹ ਯਾਰ 35,000 ਰੁਪਇਆ ਅੱਲਾ ਦੇ ਬੰਦੇ ਰਕਮ ਹੁੰਦੀ ਆ। ਨਹੀਂ ਫਿਰ ਜਾਓ ਅਸੀਂ ਜਾ। ਅੱਛਾ 40,000 ਦੇਵਾਂ? ਨਹੀਂ ਫਾਈਨਲ 50,000। ਚੱਲ ਤੇਰੀ ਮੌਜ ਆ ਸੋਹਣਿਆ, ਮੈਂ ਤਾਂ ਪੈਸੇ ਬੜੇ ਲਾ ਦੇ ਭਾਈ ਆ ਰਿਹਾ ਵਾ, ਉਹ ਤੇ ਲੈ ਜਾਣਾ ਤੇਰੇ ਸਾਹਮਣੇ 50,000 ਦਾ ਲੈ ਕੇ ਜਾਣਾ। ਚੱਲ ਠੀਕ ਆ ਵੀਰੇ, ਦੇ ਦੇ। ਹੈ ਬੋਲਣਾ ਨਾ ਖੋਤਾ, ਜਾ ਕੇ ਪਤਾ ਤਾਂ ਕਰੀਏ ਯਾਰ। ਕਮਾਲ ਆ, 50,000 ਦਾ ਖੋਤਾ ਕਹੀ ਜਾਂਦਾ ਵਾਲਾ ਖੋਤਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਜੀ। ਤੇ ਭਾਜੀ ਵਾਕਿਆ ਖੋਤਾ ਬੋਲਦਾ? ਹਾਂਜੀ ਭਾਜੀ ਬਿਲਕੁਲ ਬੋਲਦਾ, ਹਰ ਗੱਲ ਕਰਦਾ, ਹਰ ਗੱਲ ਕਰਦਾ, ਜਿਹੜਾ ਤੁਸੀਂ ਸਵਾਲ ਜਵਾਬ ਕਰੋਗੇ ਤੁਹਾਨੂੰ ਜਵਾਬ ਦਊਗਾ। ਅੱਛਾ ਪੜ੍ਹਿਆ ਲਿਖਿਆ ਖੋਤਾ ਜਾਨੀ ਕਿ? ਮੈਂ ਕਹਿੰਦਾ ਕਿ ਸਮਝਾਇਆ ਖੋਤਾ ਵਾ। ਅੱਛਾ ਇਹ ਜਨਾਬ ਘਰ ਦਾ ਵੀ ਖਿਆਲ ਰੱਖਦਾ ਵਾ, ਪੂਰੀ ਤਵੱਜੋ ਦਿੰਦਾ ਘਰ ਦੇ ਵਿੱਚ। ਚਲੋ ਬੁਲਾ ਕੇ ਵਿਖਾਓ ਸਾਨੂੰ। ਇਹ ਭਾਜੀ ਇਹਨੂੰ ਸਵਾਲ ਕਰੋ ਤੁਹਾਨੂੰ ਜਵਾਬ ਦੇਗਾ। ਅੱਛਾ ਹਾਂਜੀ ਖੋਤਾ ਕੀ ਹਾਲ ਆ ਤੇਰਾ? ਤੂੰ ਸੁਣਾ। अच्छा तेरा मालिक तेनू क्यों बेचना चाहुंदा? मेरे मालिक नू मजबूरी आ, पैसे चाहिए आ। तो वाकई यार गल्ला करदा वा, तेनू कड़ी मजबूरी बेचदा तू? हां जी भाजी बोलदा वा, मेनू पैसों की जरूरत आ। अच्छा अच्छा, ओ दसदा कि इशारे करदा लोड़ है मालिक नू? हां जी। हुण पैसे दस तू। मेरा दिल नहीं करदा बेचण नू, इहदा सिर्फ फाइनली 50,000 रुपया। 50,000? हां जी। पैसे घट कर यार थोड़े जी। नहीं भाजी ਇਹ ਫਾਈਨਲ ਪੈਸੇ ਆ। ਉਹ ਭਾਜੀ 50,000 ਰੁਪਇਆ ਖੋਤਾ ਆ ਇਹ ਭਾਜੀ, ਗੱਲਾਂ ਕਰਨ ਵਾਲਾ ਖੋਤਾ। ਹਾਂ ਯਾਰ ਇਹ ਸੋਚਿਆ ਨਹੀਂ ਮੈਂ ਵੀ, ਗੱਲਾਂ ਵੀ ਕਰਦਾ। ਇਹਦੇ ਤੁਹਾਨੂੰ ਬਹੁਤ ਫਾਇਦੇ ਹੋਣੇ, ਘਰ ਦੀ ਨਿਗਰਾਨੀ ਕਰੂਗਾ, ਤੁਹਾਨੂੰ ਟੈਨਸ਼ਨ ਨਹੀਂ ਹੋਊਗੀ ਕਿਤੇ ਜਾਓਗੇ, ਇਹਨੂੰ ਘਰੇ ਛੱਡ ਕੇ ਚਲੇ ਆਇਓ। ਅੱਛਾ ਜੀ। ਘਰ ਦਾ ਖਿਆਲ ਕਰੂਗਾ ਤੁਹਾਡੇ। ਠੀਕ ਹੋ ਗਿਆ। ਅੱਛਾ ਇਕੱਲੇ ਨੂੰ ਪੱਠੇ ਵੱਢਣ ਘਰ ਦੀ ਪੱਠੇ ਲੈ ਆਊਗਾ ਜਾ ਕੇ? ਵੱਢ ਵੀ ਲਿਆਊਗਾ ਕਿ ਨਹੀਂ? ਇਹ ਹਾਂਜੀ ਭਾਜੀ, ਤੁਸੀਂ ਵੱਢ ਕੇ ਇਹਦੇ ਉੱਪਰ ਰੱਖ ਦਿਓ। ਅੱਛਾ ਇਹ ਲੈ ਕੇ ਘਰੇ ਆ ਜਾਊਗਾ।
ਠੀਕ ਹੋ ਗਏ ਨਾ ਆ ਵੇਖੋ ਇਹ ਤਾਂ ਹੁਣ ਤੁਹਾਡੇ ਨਾਲ ਮੂੰਹ ਵੀ ਜੋੜੀ ਖੜੋਤਾ ਵੇਖੋ ਤੁਹਾਡਾ ਤਿਆਰ ਹੋਇਆ ਖੜੋਤਾ ਜਾਣ ਦੀ ਮਜਬੂਰ ਆ ਵੀ ਮਾਲਕ ਵੇਚਦਾ ਪਿਆ ਵਾ ਲੇਕਿਨ ਪੈਸੇ ਦੀ ਲੋੜ ਕਰੀ ਹੋਇਆ ਇਹ ਬੱਚਿਆਂ ਨੂੰ ਪਿੱਛੇ ਕਰਨ ਤਾਂ ਟੀਟਣੇ ਮਾਰਨਾ ਸ਼ੁਰੂ ਕਰ ਦਿਆਂਗਾ ਮੈਂ ਬੱਚੇ ਪਿੱਛੇ ਕਰਨ ਟੀਟਣੇ ਮਾਰੂਗਾ ਪਤਾ ਦੱਸੀ ਜਾਂਦਾ ਕਹਿੰਦਾ ਮਾਰੂਗਾ ਹਾਂ ਹੁਣ ਵੇਖੋ ਘੱਟ ਕਰ ਲਾ 50,000 ਚ ਯਾਰ ਨਹੀਂ ਭਾਈ ਜੀ ਫਾਈਨਲ 50,000 ਪੂਰਾ 50,000 ਹਾਂਜੀ ਪੂਰਾ 50,000 ਇੱਕ ਰੁਪਿਆ ਵੀ ਘੱਟ ਨਹੀਂ ਹੋਏਗਾ ਕੰਮ ਤਾਂ ਫਾਇਦੇ ਦਾ ਹੀ ਹੈ ਚਲੋ 50,000 ਦੀ ਤਾਂ ਗੱਲ ਕੋਈ ਨਹੀਂ ਖੋਤਾ ਲੱਗਦਾ ਤਾਂ ਮਹਿੰਗਾ ਨਹੀਂ ਗਾ ਚਲੋ ਇਹ ਲੈ ਤੂੰ 50,000 ਹੀ ਲੈ ਯਾਰ ਠੀਕ ਹੋ ਗਿਆ ਜੀ ਆ ਲੈ ਜਾਓ ਖੋਤਾ ਤੁਹਾਡਾ ਹੋਇਆ ਠੀਕ ਹੋ ਗਿਆ ਉਮਰ ਸਾਰੀ ਲੈ ਵੀ ਖੋਤੇ ਆਪਣਾ ਆ ਗਿਆ ਘਰ ਆਪਣੇ ਘਰ ਨੂੰ ਸਾਂਭ ਇਹਦਾ ਖਜ਼ਾਨਾ ਖਜ਼ੂਨਾ ਤੇ ਮੈਂ ਵਿਖਾ ਦਿੰਦਾ ਅੱਜ ਖਿਆਲ ਰੱਖਣਾ ਸਾਰਾ ਠੀਕ ਆ ਲੈ ਵੀ ਖੋਤੇ ਆ ਆਪਣਾ ਨੱਪਿਆ ਖਜ਼ਾਨਾ ਇੱਥੇ ਆ ਦੇ ਤੇਰੇ ਵਾਸਤੇ ਮੈਂ ਪੱਠੇ ਲੈ ਆਵਾਂ ਤੇ ਜਿਹੜਾ ਘਰ ਦੀ ਰਖਵਾਲੀ ਕਰ ਤੇ ਮੈਂ ਠੀਕ ਆ ਨਾਇਕ ਜੀ ਤੁਸੀਂ ਜਾਓ ਮੈਂ ਖਿਆਲ ਰੱਖੂੰਗਾ ਚਲੋ ਠੀਕ ਆ ਖਜ਼ਾਨਾ ਪਿਆ ਵਾ ਠੀਕ ਆ ਤਾਂ ਖਿਆਲ ਰੱਖੀ ਠੀਕ ਆ ਜੀ ਤੇਰੇ ਵਾਸਤੇ ਪੱਠੇ ਲੈ ਗਿਆ ਖਾ ਉਹ ਖਜ਼ਾਨਾ ਉਹ ਚੂਨਾ ਲਵਾਤਾ ਓਏ ਖੋਤਾ ਨਹੀਂ ਬੋਲਦਾ ਇਹਦੇ ਗੱਲ ਵਿੱਚ ਵੇਖ ਹੈਂ ਗੱਲ ਵਿੱਚ ਕੀ ਇਹਦੇ ਉਹ ਤੁਹਾਡਾ ਭਲਾ ਹੋਜੇ ਤੁਹਾਡਾ ਇਹ ਕੀ ਆ ਗੱਲ ਦੇ ਵਿੱਚ ਯਾਰ ਇਹਦੇ ਮੋਬਾਈਲ ਤੋਂ ਗੱਲਾਂ ਕਰ ਰਿਹਾ